देखो एबीपी सांझा टाटा स्काई चैनल नंबर 1929 पे। भाई बखतौरे बन दे टाकूए रले बने गंडासी गिदड़ बाहे नसवार बने दी कसना रहंदी बाकी चढ़ जा बोते ते मन ले पौर दी आखी गिदड़ बा हलका 2017 ਦੇ ਕੀਤੇ ਹੋਏ ਸਾਰੇ ਵਾਅਦੇ ਰਾਜਾ ਬੜਿੰਗ ਜੀ ਵੱਲੋਂ ਤਕਰੀਬਨ 90% ਗਿੱਦੜਵਾ ਹਲਕੇ ਵਿੱਚ ਪੂਰੇ ਕਰ ਦਿੱਤੇ ਗਏ ਨੇ। ਚੋਣ ਮੈਨੀਫੈਸਟੋ ਨੂੰ ਚੱਕ ਕੇ ਦੱਸਣ ਵੀ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਕੀਤਾ, ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ, ਕਿੰਨੇ ਲੋਕਾਂ ਨੂੰ ਸਮਾਰਟਫੋਨ ਦਿੱਤੇ। ਸਾਰੇ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ, ਇੱਕ ਵੀ ਜ਼ਿਮੀਂਦਾਰ ਦਾ ਸਾਰਾ ਕਰਜ਼ਾ ਮਾਫ ਨਹੀਂ ਹੋਇਆ। ਵਿਕਾਸ ਹੋਇਆ ਨਸ਼ੇ ਦਾ, ਵਿਕਾਸ ਹੋਇਆ ਸੱਟੇ ਦਾ, ਵਿਕਾਸ ਹੋਇਆ ਦਾਰੂ ਦਾ। ਸਾਨੂੰ ਕੱਖ ਨਹੀਂ ਚਾਹੀਦਾ ਹੋਰ, ਅਸੀਂ ਬਣਾਵਾਂਗੇ ਹਸਪਤਾਲ, ਅਸੀਂ ਬਣਾਵਾਂਗੇ ਸਕੂਲ। ਸਾਡੇ ਜਵਾਕ ਨਸ਼ੇ ਨਾਲ ਮਰ ਰਹੇ ਚਿੱਟੇ ਨਾਲ, ਦੁਕਾਨਾਂ ਤੇ ਟੋਫੀਆਂ ਕੋਲ ਨਸ਼ਾ ਵਿਕਦਾ ਇਹਨਾਂ ਦੇ ਰਾਜ ਦੇ ਵਿੱਚ। ਕਾਰਨ ਕਟਾਰੀ ਦਾ ਜ਼ਿਕਰ ਕਰ ਰਹੇ ਨੇ, ਉਹ ਕੀ ਕੇਸ ਸੀ? ਉਹ ਬਿਲਕੁਲ ਬਿਲਕੁਲ ਗਲਤ ਹੈ। ਕੱਲੀ ਇਹ ਚਿੱਟੇ ਦੀ ਗੱਲ ਨਹੀਂ ਹੈਗੀ, ਇੱਥੇ ਕੇ ਨੌਜਵਾਨ ਧੀਆਂ ਨੇ ਜਿਹੜੀਆਂ ਕਿ ਸ਼ਰੇਆਮ ਚਿੱਟਾ ਪੀ ਰਹੀਆਂ ਨੇ। ਪਾਈ ਪਾਈ ਟਰੱਕਾਂ ਦਿਹਾੜੀ ਕਰ ਰਹੇ ਆ, ਦਿਹਾੜੀ ਅੱਜ ਦਿਹਾੜੀ ਕਰ ਰਹੇ ਆ, ਸਾਰੇ ਟੱਕ ਲੁੱਟ ਕੇ ਖਾ ਲਿਆ। ਟੱਕ ਕੌਣ ਕੌਣ? ਰਾਜਾ ਵਿੰਗ, ਉਹਨੇ ਚਮਚੇ, ਉਹਦੇ ਜਿੰਨੇ ਵੀ ਚਮਚੇ ਆ ਸਾਰੇ ਖਾ ਗਏ। ਪਾਈ ਪਾਈ ਟਰੱਕ ਸੀ। 3,27,000 ਦੀ ਬਿਜਲੀ ਦੀ ਚੋਰੀ ਕਰਵਾਈ ਹੋਈ ਹੈ। ਰਾਜੇ ਵੜਿੰਗ ਨੇ 6.5 ਕਰੋੜ ਦਾ ਪ੍ਰੋਜੈਕਟ ਲਿਆਂਦਾ ਸੇਮ ਚੱਕਣ ਵਾਸਤੇ, ਟਿੱਬਿਆਂ ਤੇ ਪਾਣੀ ਚੜਾਇਆ ਉਹਨੇ।